नया पिल्सबरी कुकी केक। इसमें है चोको चिप्स और चोको ड्रिजल और चोको केक। अब होगा मुंह में धमाकेदार एंटरटेनमेंट। नया पिल्सबरी कुकी केक। पठानकोट में रामलीला मंचन के दौरान कुछ शरारती तत्वों ने कलाकारों के साथ मारपीट की और मंच पर तोड़फोड़ कर दी। घटना मोहल्ला बजरी कंपनी की है, जहां रामलीला के दौरान कुछ युवकों ने शोर मचाना शुरू कर दिया। वहीं जब क्लब के सदस्यों और स्थानीय लोगों द्वारा इसका विरोध किया गया, तो शरारती युवकों ने पहले कलाकारों के साथ मारपीट की और फिर मंच की लाइटों को बंद करके भाग निकले। सूचना मिलते ही मौके पर पहुंची पुलिस ने मामले की जाँच शुरू कर दी है। ਹੁਣ ਮਾਂ ਦਾ ਰੋਲ ਕਰ ਰਿਹਾ ਸੀਗਾ ਅਤੇ ਮੇਰਾ ਹੱਥੀ ਚੱਲਦਾ ਪਿਆ ਸੀ ਅੱਗੇ, ਪਿੱਛੋਂ ਬਾਹਰੋਂ ਸ਼ੋਰ ਆ ਰਿਹਾ ਸੀ ਮੁੰਡਿਆਂ ਦਾ, ਇਹਨਾਂ ਦਾ ਜੀ ਰੋਲ ਚੱਲਦਾ ਪਿਆ ਸੀ। ਤੋਂ ਪਿੱਛੋਂ ਆਏ ਮੇਕਅਪ ਰੂਮ 'ਚ ਆਏ ਆ, ਅਤੇ ਲਕਸ਼ਮਣ ਪਿੱਛੇ ਬੈਠਾ ਹੋਇਆ ਸੀ। ਇਹਨਾਂ ਨੇ ਕੀਤਾ ਕਿ ਉਹਨਾਂ ਆਉਂਦੇ ਉਹਨੂੰ ਪੁੱਛਿਆ, ਹਾਂ ਵੀ ਦੱਸ ਕੀ ਪ੍ਰੋਬਲਮ ਆ ਤੇਰੀ। ਇਹਨਾਂ ਨੇ ਸੋਰੀ ਫੀਲ ਕੀਤੀ, ਉਹਨਾਂ ਨੇ ਇਹਨੂੰ ਮਾਰਨਾ ਸ਼ੁਰੂ ਕਰਤਾ। ਜਦੋਂ ਮਾਰਨਾ ਸ਼ੁਰੂ ਕਰਤਾ ਉਹਨਾਂ ਨੇ ਇਹਦੇ ਗ੍ਰਿਪ ਵਗੈਰਾ ਕੁਛ ਵੀ ਉਹਨਾਂ ਨੂੰ ਸਮਾਨ ਸਮਾਨ ਸੀ, ਉਹਨਾਂ ਨੇ ਗ੍ਰਿਪ ਮਾਰਤੀ ਜੀ। ਜਦੋਂ ਗ੍ਰਿਪ ਵੱਜਾ ਸਾਡੇ ਕਲੱਬ ਦੇ ਜਿੰਨੇ ਵੀ ਮੈਂਬਰੀ ਉਹਨਾਂ ਦੇ ਪਿੱਛੇ ਦੌੜਨ ਦੀ ਕੋਸ਼ਿਸ਼ ਕੀਤੀ, ਉਹ ਦੌੜ ਗਏ ਸਾਰੇ। ਸਾਡਾ ਪੂਰਾ ਮੁੱਲਾ ਸਟੇਜ 'ਤੇ ਆ ਚੁੱਕਿਆ ਸੀ, ਉਹਨਾਂ ਨੇ ਦੇਖਿਆ ਕਿ ਹਾਂ ਵੀ ਮੁੰਡੇ ਕਿਹੜੇ ਸੀ, ਮੁੰਡੇ ਨਹੀਂ ਲੱਗੇ। ਇੱਕ ਹੈ ਉਹਦੇ ਅੱਖ ਹੀ ਸੈੱਟ, ਟਾਂਗੇ ਟੂੰਕੇ ਲੱਗੇ ਅੱਖ ਲੱਗ ਗਏ, ਬਾਕੀ ਠੀਕ ਆ, ਕੋਈ ਪ੍ਰਭਾਵ ਨਹੀਂ ਆਉਂਦੀ। ਬਾਕੀ ਦੋ ਮੁੰਡੇ ਹੋ ਰਹੇ ਸੀ, ਉਹਨਾਂ ਤੁਹਾਨੂੰ ਤਾਂ ਸੈੱਟ ਸੀ। ਫਸਟ ਏਡ ਦਿੱਤੀ ਗਈ ਹੈ, ਇੰਜੈਕਸ਼ਨ ਇੰਜੁਕਸ਼ਨ ਲੱਗ ਗਈ, ਸਟਿਚਿੰਗ ਹੋ ਗਈ। ਕਿਸ ਤਰ੍ਹਾਂ ਦਾ ਨਿਸ਼ਾਨ ਸੀ ਉਹਨਾਂ ਦੇ ਜਿਹੜੇ ਲੱਗੇ ਹੋਏ, ਕੁਛ ਹਥਿਆਰ ਦੇ ਜਾਂ ਕਿਸੇ ਹਥਿਆਰ ਹੀ ਮਾਰਿਆ ਹੋਇਆ ਕੁਛ? ਅਤੇ ਰਾਮਲੀਲਾ ਵਿੱਚ ਪਾਠ ਵੀ ਕਰ ਰਿਹਾ ਸੀਗਾ, ਉਹਨਾਂ ਉਹ ਥੱਲੇ ਜਿਹੜੇ ਮੁੰਡੇ ਵੇਖ ਰਹੇ ਸੀਗੇ, ਉਹਨਾਂ ਵਿੱਚ ਉਹਨਾਂ ਨੇ ਬੱਬੂ, ਬੋਬੀ, ਪੰਕਜ ਅਤੇ ਫੌਜੀ ਇਹ ਤਿੰਨ ਚਾਰ ਨਾਂ ਲਿਖਾਏ ਨੇ ਵੀ ਇਹ ਮੁੰਡੇ ਥੱਲੇ ਰੌਲਾ ਪਾ ਰਹੇ ਸੀਗੇ। ਜਦੋਂ ਉਹਨਾਂ ਨੂੰ ਰੋਕਿਆ ਗਿਆ ਵੀ ਤੁਸੀਂ ਰੌਲਾ ਨਾ ਪਾਓ, ਅਤੇ ਉਹਨਾਂ ਨੇ ਉਹਨਾਂ ਨਾਲ ਮਾਰ ਕਟਾਈ ਕੀਤੀ ਆ ਕੇ, ਅਤੇ ਉਹਦੇ ਵਿੱਚ ਉਹਦੇ ਥੋੜ੍ਹੇ ਸੱਟ ਵੀ ਲੱਗੀ ਹੈ। ਜਿਹੜੀ ਐਮ ਐਲ ਆਰ ਸਾਡੇ ਕੋਲ ਆਈ ਹੈ ਬਲੰਟ ਹੈ, ਅਤੇ ਅਸੀਂ ਉਹਨਾਂ ਦੇ ਘਰੇ ਕੀਤਾ ਰੇਡ ਆ ਜੀ, ਉਹ ਮੁੰਡੇ ਘਰੋਂ ਭੱਜੇ ਹੋਏ ਨੇ। ਬਾਕੀ ਜਿਸ ਹਿਸਾਬ ਨਾਲ ਅੱਗੇ ਰਿਜ਼ਲਟ ਆਏਗਾ ਉਹ ਸਾਡਾ ਕਾਰਵਾਈ ਕੀਤੀ ਜਾਵੇਗਾ। ਸਰ ਉੱਥੋਂ ਦੇ ਲੋਕਾਂ ਦੇ ਵਿੱਚ ਇਹ ਵੀ ਰੋਸ਼ ਹੈ ਕਿ ਮਤਲਬ ਕਿ ਪੁਲਿਸ ਦੀ ਪਰਮਿਸ਼ਨ ਨਾਲ ਜਿਹੜੀ ਰਾਮਲੀਲਾ ਕਰਵਾਈ ਜਾ ਰਹੀ ਸੀ, ਪਰ ਪਹਿਲੇ ਦੋ ਦਿਨ ਤਾਂ ਪੁਲਿਸ ਮੁਲਾਜ਼ਮ ਜਿਹੜੇ ਉੱਥੇ ਗਏ, ਉਸ ਤੋਂ ਬਾਅਦ ਪੁਲਿਸ ਮੁਲਾਜ਼ਮ ਉੱਥੇ ਪਰਮਾਨੈਂਟਲੀ ਨਹੀਂ ਜਾਂਦੇ ਰਹੇ। ਇਹਦੇ ਲਈ ਕੀ ਕਰਨਾ ਚਾਹੁੰਦੇ? ਇਹਦੇ ਵਿੱਚ ਇੱਦਾਂ ਹੈ ਜੀ ਕਿ ਜਿਹੜੀ ਜਿੰਨੀ ਸਾਡੇ ਕੋਲ ਫੋਰਸ ਆ ਉਹ ਨਯਾ ਪਿਲਸਬਰੀ ਕੁਕੀ ਕੇਕ। ਇਸਮੇ ਹੈ ਚੋਕੋ ਚਿਪਸ ਔਰ ਚੋਕੋ ਡ੍ਰਿਜ਼ਲ ਔਰ ਚੋਕੋ ਕੇਕ। अब होगा मुंह में धमाकेदार एंटरटेनमेंट। नया पिल्सबरी कुकी केक, आपके मुंह का एंटरटेनमेंट।